ਹਾਲੇਲੂਯਾ ਜੈਮ ਸੀ ਦੀ ਜੈਮ ਸੀ ਦੀ ਜੈਮ ਸੀ ਦੀ ਪ੍ਰਤਕਪਾਲ ਜੀ ਆਪਾਂ ਪਰਮੇਸ਼ਰ ਦਾ ਸਵਾਗਤ ਕਰ ਲੋ ਹਾਲੇਲੂਯਾ ਆਪਾਂ ਪਰਮੇਸ਼ਰ ਦਾ ਸ਼ੁਕਰ ਕਰਦੇ ਆ ਪ੍ਰੇਜ਼ ਦਾ ਲਾਰਡ ਕਿ ਆਪਾਂ ਨੂੰ ਅੱਜ ਮੌਕਾ ਮਿਲਿਆ ਫਿਰ ਆਪਾਂ ਬਾਈਬਲ ਸਟੱਡੀ ਕਰ ਸਕੀਏ ਜੀ ਸਰ ਬੱਚਿਆਂ 'ਚੋਂ ਸਿੱਖ ਸਕੀਏ ਰਿਕਾਰਡ ਕਰ ਸਕੀਏ ਅਤੇ ਬਾਈਬਲ ਸਟੱਡੀ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਜੀ ਸਾਮਸ ਭਜਨ ਜਬੂਰ 63 ਜਾਂ ਪਹਿਲੀਆਂ ਪੰਜ ਆਇਤਾਂ ਹਾਂਜੀ ਹਾਂਜੀ ਸਾਮਸ ਭਜਨ 63 ਜਾਂ ਪਹਿਲੀਆਂ ਪੰਜ ਆਇਤਾਂ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ ਹੇ ਪਰਮੇਸ਼ੁਰ ਤੂੰ ਮੇਰਾ ਪਰਮੇਸ਼ੁਰ ਹੈ ਮੈਂ ਦਿਲ ਤੋਂ ਤੈਨੂੰ ਭਾਲਦਾ ਹਾਂ ਮੇਰੀ ਜਾਨ ਤੇਰੀ ਤਿਹਾਈ ਹੈ ਮੇਰਾ ਸਰੀਰ ਤੇਰੇ ਲਈ ਤਰਸਦਾ ਹੈ ਸੁੱਕੀ ਅਤੇ ਬੰਜਰ ਧਰਤੀ ਵਿੱਚ ਜਿੱਥੇ ਪਾਣੀ ਨਹੀਂ ਹੈ ਤਾਂ ਮੈਂ ਪਵਿੱਤਰ ਸਥਾਨ ਵਿੱਚ ਤੇਰਾ ਦਰਸ਼ਨ ਪਾਇਆ ਕਿ ਮੈਂ ਤੇਰਾ ਬਲ ਅਤੇ ਤੇਰੀ ਮਹਿਮਾ ਵੇਖਾਂ ਇਸ ਲਈ ਕਿ ਤੇਰੀ ਦਇਆ ਜੀਵਨ ਨਾਲੋਂ ਵੀ ਚੰਗੀ ਹੈ ਵਾਹਿਗੁਰੂ ਤੇਰੇ ਬੁੱਲ ਮੇਰੇ ਬੁੱਲ ਤੇਰੀ ਉਸਤਤ ਕਰਨਗੇ ਸੋ ਆਪਣੇ ਜੀਵਨ ਵਿੱਚ ਮੈਂ ਤੈਨੂੰ ਮੁਬਾਰਕ ਆਖਾਂਗਾ ਮੈਂ ਤੇਰਾ ਨਾਮ ਲੈ ਕੇ ਆਪਣੇ ਹੱਥ ਪਸਾਰਾਂਗਾ ਜਿਵੇਂ ਚਰਬੀ ਦੀ ਧੰਦਿਆਈ ਨਾਲ ਮੇਰਾ ਜੀ ਤ੍ਰਿਪਤ ਹੋਵੇਗਾ ਮੈਂ ਜੈਕਾਰਿਆਂ ਦੇ ਬੋਲਾਂ ਨਾਲ ਮੇਰਾ ਮੂੰਹ ਤੇਰੀ ਉਸਤਤ ਕਰੇਗਾ ਹਾਂਜੀ ਪਰਮੇਸ਼ੁਰ ਪਿਤਾ ਆਪ ਸੱਚਮੁੱਚ ਉਸਤਤ ਮਹਿਮਾ ਵਡਿਆਈ ਦੇ ਯੋਗ ਹੋ ਪਰਮੇਸ਼ੁਰ ਪਿਤਾ ਔਰ ਸਾਡੇ ਮੂੰਹ ਤੋਂ ਹਮੇਸ਼ਾ ਆਪ ਦੀ ਵਡਿਆਈ ਹੁੰਦੀ ਰਹੇ ਪਰਮੇਸ਼ੁਰ ਪਿਤਾ ਆਪ ਦੀ ਹਮੇਸ਼ਾ ਆਪ ਦਾ ਸ਼ੁਕਰ ਕਰਦੇ ਹਾਂ ਕਿ ਆਪ ਨੇ ਸਾਨੂੰ ਇੰਨਾ ਪਿਆਰ ਕੀਤਾ ਕਿ ਯਿਸੂ ਮਸੀਹ ਨੂੰ ਇਸ ਧਰਤੀ 'ਤੇ ਭੇਜਿਆ ਸਾਡੇ ਲਈ ਤਾਂ ਕਿ ਜੋ ਵੀ ਉਸ ਪਰ ਵਿਸ਼ਵਾਸ ਕਰੇ ਨਾਸ਼ ਨਾ ਹੋਵੇ ਸਦਾ ਦਾ ਜੀਵਨ ਪਾਵੇ ਇਸ ਦਇਆ ਦੇ ਲਈ ਆਪ ਦਾ ਸ਼ੁਕਰ ਕਰਦੇ ਹਾਂ ਪਰਮੇਸ਼ੁਰ ਪਿਤਾ ਆਪ ਦੇ ਵਚਨ ਨੂੰ ਪਰਮੇਸ਼ੁਰ ਪਿਤਾ ਪੜ੍ਹਨ ਸਿੱਖਣ ਜਾ ਰਹੇ ਹਾਂ ਬਾਈਬਲ ਸਟੱਡੀ ਕਰਨ ਜਾ ਰਹੇ ਹਾਂ ਆਪ ਦਾ ਪਵਿੱਤਰ ਆਤਮਾ ਸਾਨੂੰ ਗਾਈਡ ਕਰੇ ਲੀਡ ਕਰੇ ਸਾਰੀ ਬਾਈਬਲ ਸਟੱਡੀ ਪਵਿੱਤਰ ਆਤਮਾ ਜੀ ਆਪਣੇ ਹੱਥਾਂ ਵੀ ਦਿੰਦੇ ਹਾਂ ਆਪ ਦੇ ਦਾਸ ਬ੍ਰਦਰ ਇਕਬਾਲ ਜੀ ਦੇ ਲਈ ਇਹਨਾਂ ਦੇ ਜੀਵਨ ਦੇ ਲਈ ਇਹਨਾਂ ਦੇ ਪਰਿਵਾਰ ਦੇ ਲਈ ਆਪ ਦਾ ਸ਼ੁਕਰ ਕਰਦੇ ਹਾਂ ਇਹਨਾਂ ਦੇ ਲਈ ਜੋ ਚੰਗੇ ਪਲੈਨ ਜੋ ਕੰਮ ਜੋ ਅਸਾਈਨਮੈਂਟਸ ਇਹਨਾਂ ਦੇ ਲਈ ਰੱਖੇ ਹੋਏ ਹਨ ਪਰਮੇਸ਼ੁਰ ਪਿਤਾ ਉਹਨਾਂ ਨੂੰ ਇਸਤੇਮਾਲ ਕਰੋ ਪਰਮੇਸ਼ੁਰ ਪਿਤਾ ਆਪਣੇ ਮਕਸਦ ਦੇ ਲਈ ਔਰ ਸਾਰਾ ਸਮਾਂ ਪਰਮੇਸ਼ੁਰ ਪਿਤਾ ਆਪਦੇ ਹੱਥਾਂ ਵੀ ਦਿੰਦੇ ਹੋਏ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀ ਦਾਤਾ ਯਿਸੂ ਮਸੀਹ ਦੇ ਨਾਂ ਦੇ ਵਿੱਚ ਆਮੀਨ ਜੀ ਸਰ ਆਪਾਂ ਜੀ ਜੋ ਸਾਡੇ ਈਦਾਂ ਹਨ ਫੀਸ ਹਨ ਜਾਂ ਹੈ ਨਾ ਫੈਸਟੀਵਲਸ ਹਨ ਜੀ ਉਹ ਆਪਾਂ ਕਰ ਰਹੇ ਹੈਗੇ ਹਾਂ ਇੱਕ ਇੱਕ ਈਦ ਇਕੱਲੀ ਇਕੱਲੀ ਬਾਅਦ ਵਿੱਚ ਉਹਨਾਂ ਦੇ ਉੱਪਰ ਹੋਰ ਵੀ ਡਿਟੇਲ ਦੇ ਵਿੱਚ ਵਿਸਤਾਰ ਦੇ ਵਿੱਚ ਜਾਵਾਂਗੇ ਕਿ ਹਾਲੇ ਤੱਕ ਤਾਂ ਆਪਾਂ ਇਹ ਦੇਖੇ ਹੈਗੇ ਹਾਂ ਇਹ ਮਤਲਬ ਪੁਰਾਣੇ ਨੇਮ ਔਰ ਯਿਸੂ ਤੱਕ ਇਸ ਦਾ ਕੀ ਮਕਸਦ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਹੋਊਗੀਆਂ ਈਦਾਂ ਜਾਂ ਨਹੀਂ ਹੋਊਗੀਆਂ ਉਹ ਆਪਾਂ ਸਟੱਡੀ ਫਿਰ ਵੱਖਰੀ ਆ ਫਿਰ ਬਾਅਦ ਵਿੱਚ ਆਉਣ ਵਾਲੇ ਸਮੇਂ 'ਚ ਜਲਦੀ ਹੋਈ ਲੱਗਦੇ ਠੀਕ ਹੈ ਅਤੇ ਹੁਣ ਆਪਾਂ ਵੀ ਨੈਕਸਟ ਆਪਾਂ ਜਿਹੜੀ ਈਦ ਦੇ ਜੋ ਫੀਸ ਹੈਗੀ ਆ ਉਹਦੇ 'ਤੇ ਗੱਲ ਸ਼ੁਰੂ ਕਰਦੇ ਹਾਂ ਜੀ ਠੀਕ ਹੈ ਸਰ ਹਾਂਜੀ ਹਾਂਜੀ ਜੈਮ ਸੀ ਦੀ ਸੋ ਅੱਜ ਅਸਾਂ ਜਿਹੜੀ ਸਟੱਡੀ ਕਰਨੀ ਹੈ ਉਹ ਵੇ ਅੰਗਰੇਜ਼ੀ ਚਟੋਨਮੈਂਟ ਹਾਂਜੀ ਕੁਫਾਰੇ ਦੀ ਹਾਂਜੀ ਅਤੇ ਇਹਨੂੰ ਜਿਊਸ ਕਹਿੰਦੇ ਨੇ ਯੋਮੇ ਕਪੂਰ ਅੱਛਾ ਜੀ ਹਾਂਜੀ ਅਤੇ ਇਹ ਸਾਡੀ ਛੇਵੀਂ ਸਟੱਡੀ ਹੋਈ ਹਾਂਜੀ ਯਾਨੀ ਈਦਾਂ ਨੇ ਖੁਦਾਵੰਦ ਦੀਆਂ ਅਤੇ ਇਸ ਲਈ ਅਸੀਂ ਇਹਨੂੰ ਇਸਰਾਈਲ ਦੀਆਂ ਈਦਾਂ ਵੀ ਇਸ ਲਈ ਕਹਿੰਦੇ ਹਾਂ ਕਿ ਖੁਦਾ ਨੇ ਮੂਸਾ ਅਤੇ ਸ਼ਰੀਅਤ ਦੇ ਦੌਰੇ 'ਚ ਉਹਨੂੰ ਕਿਹਾ ਸੀ ਸੋ ਕੁਫਾਰੇ ਦੀ ਈਦ ਜਿਹੜੀ ਹੈ ਅਟੋਨਮੈਂਟ ਯੋਮੇ ਕਪੂਰ KIPP UR ਕਪੂਰ ਹੈ ਨਾ ਸੋ ਇਹਦੇ ਲਈ ਪੜ੍ਹਾਂਗੇ ਲੇਵੀਆਂ ਇਹ ਬਾਰ ਉਹਦਾ ਚੈਪਟਰ 23 ਹੈ 26-32 ਲਿਵਟਿਕਸ ਚੈਪਟਰ 23 ਵਰਸਿਸ ਪੜ੍ਹਾਂਗੇ 26-32 ਦੇ ਵਿੱਚ ਇਹਦਾ ਜ਼ਿਕਰ ਹੈਗਾ ਹਾਂਜੀ ਹਾਂਜੀ ਲੇਵੀਆਂ 23:26-32 ਹਾਂਜੀ ਜੀ ਇਹਦੇ ਵਿੱਚ ਇੱਥੇ ਪੰਜਾਬੀ 'ਚ ਲਿਖਿਆ ਹੈਗਾ ਜੀ ਮਾਫ਼ੀ ਦਾ ਦਾਨ ਹਾਂ ਵੈਰੀ ਗੁੱਡ ਹਾਂਜੀ ਅਤੇ
ਤੇ ਇਹਦੇ ਵਿੱਚ ਲਿਖਿਆ ਹੈ ਕਿ ਅਤੇ ਯਹੋਵਾ ਮੂਸਾ ਨਾਲ ਬੋਲਿਆ ਕਿ ਨਾਲੇ ਇਸੇ ਸੱਤਵੇਂ ਮਹੀਨੇ ਦੀ ਦਸਵੀਂ ਮਿਤੀ ਨੂੰ ਇੱਕ ਪ੍ਰਾਸ਼ਚਿਤ ਦਾ ਦਿਨ ਹੋਵੇ, ਉਹ ਤੁਹਾਡੇ ਲਈ ਇੱਕ ਪਵਿੱਤਰ ਮੇਲਾ ਹੋਵੇ ਅਤੇ ਤੁਸੀਂ ਆਪਣੇ ਪ੍ਰਾਣਾਂ ਨੂੰ ਕਸ਼ਟ ਦੇਣਾ, ਹਾਂਜੀ ਆਪਣੇ ਪ੍ਰਾਣਾਂ ਨੂੰ ਕਸ਼ਟ ਦੇਣਾ ਅਤੇ ਯਹੋਵਾ ਦੇ ਅੱਗੇ ਇੱਕ ਅੱਗ ਦੀ ਭੇਟ ਚੜਾਉਣੀ ਅਤੇ ਤੁਸੀਂ ਉਸ ਦਿਨ ਵਿੱਚ ਕੋਈ ਕੰਮ ਨਾ ਕਰਨਾ, ਕਿਉਂ ਜੋ ਯਹੋਵਾ ਆਪਣੇ ਪਰਮੇਸ਼ੁਰ ਦੇ ਅੱਗੇ ਤੁਹਾਡੇ ਲਈ ਪ੍ਰਾਸ਼ਚਿਤ ਕਰਨ ਨੂੰ ਇਹ ਪ੍ਰਾਸ਼ਚਿਤ ਦਾ ਦਿਨ ਹੈ ਜੀ। ਹਾਂਜੀ, ਕਿਉਂਕਿ ਜਿਹੜਾ ਪ੍ਰਾਣੀ ਉਸੇ ਦਿਨ ਕਸ਼ਟ ਨਾ ਸਹਾਰੇ ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ, ਅਤੇ ਜਿਹੜਾ ਪ੍ਰਾਣੀ ਉਸ ਦਿਨ ਵਿੱਚ ਕੋਈ ਕੰਮ ਕਰੇ ਤਾਂ ਉਹ ਪ੍ਰਾਣੀ ਨੂੰ ਮੈਂ ਉਹਨਾਂ ਦੇ ਲੋਕਾਂ ਵਿੱਚੋਂ ਨਾਸ਼ ਕਰਾਂਗਾ। ਤੁਸੀਂ ਕਿਸੇ ਪ੍ਰਕਾਰ ਦਾ ਕੰਮ ਨਾ ਕਰਨਾ, ਉਹ ਤੁਹਾਡੇ ਸਭਨਾ ਵਸੇਵਿਆਂ ਵਿੱਚ ਤੁਹਾਡੀਆਂ ਪੀੜ੍ਹੀਆਂ ਤਿੱਕਰ ਇਹ ਸਦਾ ਦੀ ਵਿਧੀ ਠਹਿਰੇਗੀ, ਸਦਾ ਦੀ ਵਿਧੀ। ਹਾਂਜੀ ਹਾਂਜੀ, ਇਹ ਤੁਹਾਨੂੰ ਇੱਕ ਵਿਸਰਾਮ ਦਾ ਸਬਤ ਹੋਵੇ ਅਤੇ ਤੁਸੀਂ ਆਪਣੀਆਂ ਪ੍ਰਾਣਾਂ ਨੂੰ ਕਸ਼ਟ ਦੇਣਾ, ਤੁਸੀਂ ਉਸ ਮਹੀਨੇ ਦੀ ਨੌਵੀਂ ਮਿਤੀ ਨੂੰ ਉਸ ਸੰਧਿਆ ਤੋਂ ਅਗਲੀ ਸੰਧਿਆ ਤੋੜੀ ਆਪਣਾ ਵਿਸਰਾਮ ਰੱਖਣਾ। ਠੀਕ ਹੈ ਜੀ। ਹਾਂਜੀ, ਸੋ ਇਹ ਇਸ ਦਿਨ ਯਹੋਵਾ ਪਾਕ ਖੁਦਾ ਦਾ ਜਿਹੜਾ ਸੀ ਹੁਕਮ ਕਹਿ ਲਓ ਕਿ ਇਹ ਸੀ ਕਿ ਤੁਸੀਂ ਅੱਗ ਦੀ ਕੁਰਬਾਨੀ ਆਦਸ਼ੀਨ ਕੁਰਬਾਨੀ ਹੈ ਚੜ੍ਹਾਉਣੀ ਹੈ ਅਤੇ ਆਪਣੀ ਜਾਨਾਂ ਨੂੰ ਪ੍ਰਾਣਾਂ ਨੂੰ ਦੁੱਖ ਦੇਣਾ। ਅੱਛਾ, ਜਿੱਥੇ ਪੁਰਾਣੇ ਐਦਨਾਮੇ ਦੇ ਵਿੱਚ ਦੁੱਖ ਦਾ ਜ਼ਿਕਰ ਆਉਂਦਾ ਨਾ, ਇਹਦਾ ਮਤਲਬ ਹੈ ਵਰਤ ਰੱਖਣਾ, ਰੋਜ਼ਾ ਰੱਖਣਾ, ਟਾਟ ਉੜਨਾ, ਹੈ ਨਾ, ਕਿਉਂਕਿ ਪਹਿਲੀ ਪੰਜ ਕਿਤਾਬਾਂ ਦੇ ਵਿੱਚ ਲਫ਼ਜ਼ ਰੋਜ਼ਾ ਲਿਖਿਆ ਨਹੀਂ ਗਿਆ, ਲੇਕਿਨ ਨਿਆਈਆਂ ਦੇ ਵਿੱਚ ਹੈਗਾ, ਉੱਥੇ ਲਫ਼ਜ਼ ਰੋਜ਼ਾ ਲਿਖਿਆ ਗਿਆ। ਲੇਕਿਨ ਜਦੋਂ ਵਰਤ ਰੋਜ਼ਾ ਫਾਸਟ ਨੂੰ ਪਿੱਛੇ ਇਹ ਕਹਿੰਦੇ ਸਨ ਕਿ ਦੁੱਖ ਦੇਣਾ, ਇਹ ਇਸਤੇਮਾਲ ਹੈ। ਸੋ ਇਹਦੀ ਐਕਚੁਲੀ ਡਿਟੇਲ ਜਿਹੜੀ ਹੈ ਨਾ, ਉਹ 16 ਚੈਪਟਰ ਦੀ 29 ਆਇਤ ਵਿੱਚ ਵੀ ਦਿੱਤੀ ਗਈ ਹੈ, ਉਹ ਵੀ ਜ਼ਰਾ ਪੜ੍ਹ ਦਿਓ ਕਿ ਕਿਸ ਤਰ੍ਹਾਂ ਇਹ ਤੁਸੀਂ ਜਾਨਾਂ ਨੂੰ ਦੁੱਖ ਦੇਣਾ ਜਾਂ ਰੋਜ਼ਾ ਰੱਖਣਾ, ਹੈ ਨਾ। ਹਾਂਜੀ, ਲੇਵੀਆਂ 16 ਦੀ 29 ਹੈ ਨੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਅਤੇ ਤੁਹਾਡੇ ਲਈ ਇੱਕ ਸਦਾ ਦੀ ਵਿਧੀ ਠਹਿਰੇ, ਵਿਧੀ ਹਾਂਜੀ, ਜੋ ਸੱਤਵੇਂ ਮਹੀਨੇ ਵਿੱਚ ਮਹੀਨੇ ਦੀ ਸੱਤਵੀਂ ਮਿਤੀ ਨੂੰ ਜੀ ਦਸਵੀਂ ਮਿਤੀ ਨੂੰ ਸੋਰੀ ਜੋ ਸੱਤਵੇਂ ਮਹੀਨੇ ਦੀ ਦਸਵੀਂ ਮਿਤੀ ਨੂੰ ਤੁਸੀਂ ਆਪਣੇ ਪ੍ਰਾਣਾਂ ਨੂੰ ਦੁੱਖ ਦੇਣਾ ਅਤੇ ਕੁਝ ਕੰਮ ਨਾ ਕਰਨਾ, ਭਾਵੇਂ ਆਪਣੇ ਦੇਸ਼ ਦਾ ਹੋਵੇ ਭਾਵੇਂ ਓਪਰਾ, ਉਹ ਤੁਹਾਡੇ ਵਿਚਕਾਰ ਰਹਿੰਦਾ ਹੋਵੇ। ਐਸਾ ਇੱਕ ਕਾਨੂੰਨ ਹੁਕਮ ਹੈ ਦੇਸੀ, ਮਤਲਬ ਜਿਹੜੇ ਦੇਸ਼ ਵਿੱਚ ਰਹਿਣ ਵਾਲੇ ਅਤੇ ਪਰਦੇਸੀ ਜਿਹੜੇ ਬਾਹਰੋਂ ਆਏ ਨੇ ਸਾਰਿਆਂ ਨੂੰ। ਸੋ ਇਹ ਇਸਰਾਈਲ ਦੇ ਨੂੰ ਕਿਹਾ ਗਿਆ ਕਿ ਬਈ ਇਹ ਤੁਹਾਡੇ ਲਈ ਤੌਬਾ ਦਾ ਦਿਨ ਗਿਣਿਆ ਜਾਵੇ, ਪਰਸ਼ਤਾਪ, ਹੈ ਨਾ। ਇਹਦਾ ਟਾਈਟਲ ਕੀ ਸੀ ਤੁਸੀਂ ਇਹ ਪੜ੍ਹਿਆ? ਮਾਫ਼ੀ ਦਾ ਦਿਨ, ਮਾਫ਼ੀ ਦਾ ਦਿਨ। ਸੋ ਅਸੀਂ ਜੇ ਦੇਖਿਆ ਹੈਗਾ ਕਿ ਪਹਿਲੀ ਚਾਰ ਈਦਾਂ ਮੁਕੰਮਲ ਹੋਈਆਂ ਯਸੂ ਦੇ, ਅਤੇ ਬਾਕੀ ਤਿੰਨ ਈਦਾਂ ਜਿਹੜੀਆਂ ਨੇ ਇਹ ਫਿਊਚਰ ਦੀ ਫੀਸਟ ਨੇ, ਜਾਂ ਉਹਨੂੰ ਕੀ ਕਹਿ ਲਓ, ਐਂਦਾ ਆਉਣ ਵਾਲੀਆਂ। ਠੀਕ ਹੈ, ਅਤੇ ਇਹ ਹਾਲੇ ਮਤਲਬ ਯਿਸੂ 'ਤੇ ਪੂਰੀਆਂ ਨਹੀਂ ਹੋਈਆਂ ਜੀ? ਨਹੀਂ, ਇੱਕ ਸਾਡੇ ਹਿਸਾਬ ਨਾਲ ਤਾਂ ਪੂਰੀਆਂ ਨੇ। ਓਕੇ, ਗੱਲ ਨਾਲ ਹੋ ਰਹੀ ਹੈ ਕਿ ਯਹੂਦੀਆਂ ਉਹ ਜਿਹੜੇ ਯਹੂਦੀ ਮਨਾ ਰਹੇ ਨੇ ਉਹ ਕਿੰਝ ਰਿਲੇਟ ਹੋ ਰਹੀ ਹੈ ਯਸੂ ਨਾਲ, ਹੈ ਨਾ। ਲੇਕਿਨ ਸਾਡੇ ਹਿਸਾਬ ਨਾਲ ਤਾਂ ਦੇਖੋ ਨਾ ਜੀ, ਉਹ ਕੁਫਾਰਾ ਤਾਂ ਉਹਨੇ ਦੇ ਦਿੱਤਾ, ਸਲੀਬ ਉੱਤੇ ਕੀਮਤੀ ਜਾਨ ਬਹਾ ਦਿੱਤੀ, ਪਰ ਉਹ ਮਸਾਇਆ ਉਹ ਜਿਹੜੇ ਨੇ, ਇਹ ਅੱਛਾ ਕੀਤਾ, ਬੜੇ ਅੱਛੇ ਪੁਆਇੰਟ ਦੇ ਦਿੱਤੇ ਨੇ, ਇਹਨੂੰ ਡਿਸਕਸ ਕਰਨੇ ਆ ਕਿ ਉਹ ਹਾਲਾਂ ਤਾਂ ਉਹ ਮਸਾਇਆ ਨੂੰ ਮੰਨਦੇ ਹੀ ਨਹੀਂ। ਠੀਕ ਹੈ, ਅਸੀਂ ਤਾਂ ਮੰਨਦੇ ਹਾਂ ਪ੍ਰਭੂ ਯਸੂ ਮਸੀਹ ਆਏ ਯਸਾਇਆ 53 'ਚ ਅਤੇ 300 ਕੋਲੋਂ ਉੱਤੇ ਭਵਿੱਖਬਾਣੀਆਂ ਜਾਂ ਪੇਸ਼ਨ ਗੋਈਆਂ ਲਫ਼ਜ਼ ਬਾ ਲਫ਼ਜ਼ ਪੂਰੀਆਂ ਹੋਈਆਂ, ਅਸੀਂ ਤਾਂ ਮੰਨਦੇ ਹਾਂ। ਇਹ ਬੜਾ ਅੱਛਾ ਤੁਸੀਂ ਸਵਾਲ ਕੀਤਾ। ਸੋ
इस लई उन्हां लई ते मसाया है ही, बड़ी वड्डी गल है। सो ये ऐंदा दियां ने ते अगली जिहड़ी ईद जिहदा हुण असीं भी इंतजार कर रहे हैं, है ना, हुण गल ते ये आ गई ना, वो इंतजार ये कर रहे हैं कि प्रभु यीशु मसीह बदलां ते आएगा। पहला तसलीकिया 4:13 तो 18 है, वैसे तुसी 16-17 ठीक है जी, ते इहदा इंतजार ते असी भी कर रहे हैं। लेकिन असी ये मन्ने हाँ कि खुदावंद यीशु मसीह मुर्दियां चों जिंदा होए, 40 दिन इत्थे रहे और 40वें दिन जदों चुके गए उहदे 10 दिन बाद यानी जी उठण तों 50वें दिन बाद उन्हां पाक रूह नूं घल दित्ता। ये ते असी पिछे देख चुके हैं। सो असी ये देखिया सी कि अगलियां जिहड़ियां ईदां ने ना 3 वो फ्यूचर दियां ने, ठीक है, ਕਿਹੜੀਆਂ ਜੀ ਫਿਊਚਰ ਦੀਆਂ? ਫਿਊਚਰ ਦੀਆਂ ਜਿਹੜੀਆਂ ਈਦਾਂ ਨੇ ਉਹ ਆਪਾਂ ਇੱਕ ਤਾਂ ਇਹ ਦੇਖ ਰਹੇ ਹਾਂ ਨਰਸਿੰਘਿਆਂ ਦੀ ਟਰੰਪਟ ਰੈਪਚਰ ਦੀ ਗੱਲ, ਦੂਸਰੀ ਜਿਹੜੀ ਹੈ ਆਪਾਂ ਦੇਖ ਰਹੇ ਹਾਂ ਇਹ ਜਿਹੜੀ ਹੈ ਛੱਟੀ ਈਦ ਜਿਹੜੀ ਹੈ, 5ਵੀਂ ਜਿਹੜੀ ਈਦ ਹੈ ਉਹ ਨਰਸਿੰਘਿਆਂ ਦੀ ਹੋ ਗਈ ਤੁਰੀਆਂ ਦੀ ਟਰੰਪਟ, ਅਤੇ 6ਵੀਂ ਜਿਹੜੀ ਹੈ ਉਹ ਕਫਾਰੇ ਦੀ ਯਾਨੀ ਦੂਸਰੀ, ਅਤੇ ਤੀਸਰੀ ਜਿਹੜੀ ਹੈ ਉਹ ਈਦ ਏ ਖਿਆਮ ਜਾਂ ਉਹਨੂੰ ਟੈਬਰਨੈਕਲ ਕਹਿ ਲਓ, ਠੀਕ ਹੈ। ਇਹ ਐਂਦਾ ਦੇ ਈਵੈਂਟ ਨੇ, ਇਹ ਤਾਂ ਹੁਣ ਦੇਖਿਆ ਜਾਏ ਤਾਂ ਅਸੀਂ ਵੀ ਇਹ ਕਹਿ ਰਹੇ ਹਾਂ ਕਿ ਯਿਸੂ ਬਦਲਾਂ 'ਤੇ ਆਏਗਾ, ਤੁਰੀ ਵਜੇਗੀ, ਰੈਪਚਰ ਹੋ ਜਾਏਗਾ ਚਰਚ ਦਾ, ਠੀਕ ਹੈ। ਇਸ ਲਈ ਇਹਨੂੰ ਅਸੀਂ ਇਸ ਲਿਹਾਜ਼ ਨਾਲ ਬਿਆਨ ਕਰ ਰਹੇ ਹਾਂ। ਅੱਛਾ, ਯਾਨੀ ਉਹ ਬਦਲਾਂ 'ਤੇ ਆਏਗਾ, ਉਹਦੀ ਪਰਸਨਲ ਅਪੀਅਰੈਂਸ ਹੋਏਗੀ, ਹੈ ਨਾ, ਪੁਸ਼ੀਦਾ ਆਮਦ ਕਹਿ ਲਓ, ਗੁਪਤ, ਠੀਕ ਹੈ। ਅਤੇ ਜਦੋਂ ਫਿਰ ਇਹ ਚਰਚ ਚੁੱਕਿਆ ਜਾਏਗਾ, ਥੋੜ੍ਹਾ ਜਿਹਾ ਅਸੀਂ ਇਹਨੂੰ ਹਲਕਾ ਜਿਹਾ ਬਿਆਨ ਕਰ ਲਈਏ, ਚਰਚ ਚੁੱਕਿਆ ਜਾਏਗਾ ਅਤੇ ਉਹਦੇ ਬਾਅਦ ਹੀ ਟ੍ਰਿਬੂਲੇਸ਼ਨ ਜਾਂ ਮੁਸੀਬਤਾਂ ਦਾ ਦੌਰ ਸ਼ੁਰੂ ਹੋ ਜਾਏਗਾ। ਇਹ ਵੀ ਹੈਗੀ ਹੈ ਡੈਨੀਅਲ 9 ਦੇ ਵਿੱਚ, ਹੈ ਨਾ। ਅੱਛਾ, ਉਦੋਂ ਮੁਸੀਬਤਾਂ ਦਾ ਦੌਰ ਸ਼ੁਰੂ ਹੋ ਜਾਏਗਾ, ਕਿੱਥੇ ਲਿਖਿਆ ਹੈ ਇਹ? ਇਹਦੇ ਵਿੱਚ ਹੀ ਐਬਾਰ ਲੇਵੀਆਂ ਲਿਵਟਿਕਸ 23 ਦੀ 26-31, 26-31, ਅਤੇ ਡੈਨੀਅਲ 9:24-27 ਇਹਦੇ ਵਿੱਚ ਇਹ ਵੀ ਕਿ ਇਹ ਜਦੋਂ ਚੜ ਚੁੱਕਿਆ ਜਾਏਗਾ, ਠੀਕ ਹੈ, ਦੂਸਰਾ ਤਸਲੀਕੀਆਂ 2:6-7 ਵੀ ਲਿਖ ਲਓ, ਅਤੇ ਉਦੋਂ ਹੀ ਇਹ ਯਿਸੂ ਦਾ ਵਿਰੋਧੀ ਸਾਹਮਣੇ ਆ ਜਾਏਗਾ। ਯਾਨੀ ਚਰਚ ਦੇ ਚੁੱਕਣ ਤੋਂ ਬਾਅਦ ਹੀ ਟ੍ਰਿਬੂਲੇਸ਼ਨ ਦਾ ਪੀਰੀਅਡ ਸ਼ੁਰੂ ਹੋ ਜਾਣਾ, ਔਰ ਗ੍ਰੇਟ ਟ੍ਰਿਬੂਲੇਸ਼ਨ ਦਾ, ਅਤੇ ਇਹ ਫਿਰ ਇਸ ਈਦ ਨੂੰ ਉੱਥੇ ਅਸਲ 'ਚ ਮੁਕੰਮਲ ਹੋਣੀ ਹੈ ਯਹੂਦੀਆਂ ਲਈ ਵੀ। ਹੁਣ ਇਹਦੇ 'ਚ ਕੀ ਹੋਏਗਾ? ਦੇਖੋ 1948 ਦੇ ਵਿੱਚ ਇਸਰਾਈਲ ਜਿਹੜਾ ਹੈ ਦੁਨੀਆ ਦੇ ਨਕਸ਼ੇ 'ਚ ਆ ਗਿਆ, ਠੀਕ ਹੈ, ਲੇਕਿਨ ਉਹਦੇ ਤੋਂ ਹੁਣ ਤੱਕ ਉਹਨਾਂ ਨੇ ਯਿਸੂ ਨੂੰ, ਯਿਸ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮਸਾਇਆ ਨਹੀਂ ਕਬੂਲ ਕੀਤਾ, ਠੀਕ ਹੈ ਨਾ। ਜਿਸ ਤਰ੍ਹਾਂ ਰੋਮੀਓ 11 ਵਿੱਚ ਵੀ ਹੈ, ਭਾਈ ਅੰਜੀਲ ਦੇ ਇਤਬਾਰ ਦੇ ਨਾਲ ਉਹ ਤੁਹਾਡੇ ਦੁਸ਼ਮਣ ਨੇ, ਲੇਕਿਨ ਵਾਅਦੇ ਦੇ ਮੁਤਾਬਿਕ ਉਹ ਪਿਆਰੇ ਹੈਗੇ ਨੇ। ਸੋ ਹਾਲਾਂ ਵੀ ਯਹੂਦੀ ਕੌਮ, ਕਿਉਂਕਿ ਥੋੜ੍ਹਾ ਜਿਹਾ ਐਕਸਪਲੇਨ ਕਰ ਲਈ ਹੈ, ਹਾਲਾਂ ਵੀ ਯਹੂਦੀ ਕੌਮ ਮਸਾਇਆ ਦੀ ਇੰਤਜ਼ਾਰ ਕਰ ਰਹੀ ਹੈ, ਠੀਕ ਹੈ। ਅਤੇ ਉਹਨਾਂ ਨੇ ਤਾਂ ਉਹਨਾਂ ਲਈ ਇਹ ਹੀ ਹੈ ਕਿ ਮਸਾਇਆ ਆਏਗਾ ਅਤੇ ਹੈਕਲ ਬਣਾ ਕੇ ਦੇਗਾ। ਜਦੋਂ ਕਿ ਅਸੀਂ ਇਹ ਸਮਝਦੇ ਹਾਂ ਬਾਈਬਲ ਦੇ ਵਿੱਚ ਇਹ ਵੀ ਕਿ ਜਿਹੜਾ ਐਂਟੀ ਕ੍ਰਾਈਸਟ ਆਏਗਾ ਉਹ ਉਹਨਾਂ ਨਾਲ ਪੀਸ ਟ੍ਰੀਟੀ ਦੇ ਵਿੱਚ ਪਹਿਲਾਂ ਹੀ ਕੰਮ ਇਹ ਕਰੇਗਾ ਕਿ ਹੈਕਲੇ ਸੁਲੇਮਾਨੀ ਜਾਂ ਸੋਲੇਮਨ ਟੈਂਪਲ ਜਿਹੜਾ ਨਾ ਉਹਦੀ ਇਜਾਜ਼ਤ ਦੇ ਦੇਗਾ, ਔਰ ਉਹ ਤਿਆਰ ਜੇ ਯਹੂਦੀ ਇਹ ਤਾਂ ਤਕਰੀਬਨ 50 ਦੇ ਨੇੜੇ ਨੇੜੇ ਉਹਨਾਂ ਨੇ ਬਕਾਇਦਾ ਮੈਜਰਮੈਂਟ ਜਾਂ ਪੈਮਾਇਸ਼ ਦੇ ਮੁਤਾਬਿਕ ਹਰ ਚੀਜ਼ ਤਿਆਰ ਕਰ ਲਈ ਜੇ, ਇੱਥੇ ਤੱਕ ਕਿ ਕੁਰਬਾਨੀ ਦੇ ਜਾਨਵਰ ਵੀ ਤਿਆਰ ਨੇ, ਨਸਲਾਂ, ਹੈ ਨਾ। ਅਤੇ ਉਹ ਇੰਝ ਹੈ ਕਿ ਜਦੋਂ ਵੀ ਉਹ ਇਜਾਜ਼ਤ ਉਹਨਾਂ ਨੂੰ ਮਿਲੇਗੀ, ਕਿਉਂਕਿ ਇਹ ਸ਼ੈਤਾਨ, ਡੈਵਲ, ਐਂਟੀ ਕ੍ਰਾਈਸਟ ਅਤੇ ਝੂਠਾ ਨਬੀ, ਇਹ ਗੰਦੀ ਟ੍ਰਿਨਿਟੀ ਹੈ, ਤ੍ਰਿਏਕ ਇਕੱਠ ਹੋ ਜਾਣਾ। ਅਤੇ ਜਦੋਂ ਵੀ ਉਹਨਾਂ ਨੂੰ ਇਜਾਜ਼ਤ ਮਿਲ ਜਾਣੀ ਹੈ
ਉਹਨਾਂ ਬਣਾਉਣੀ ਸ਼ੁਰੂ ਕਰ ਦੇਣੀ ਅਤੇ ਚੰਦ ਦਿਨਾਂ 'ਚ ਹੀ ਆ ਉਹ ਤਾਂ ਕਹਿੰਦੇ ਨੇ ਕਿ ਅਸੀਂ ਵੀ ਨੀਡ ਓਨਲੀ 24 hours, ਇੰਨੀ ਤਿਆਰੀ ਹੈ ਉਹਨਾਂ ਦੀ ਜਿਊਸ ਕੌਣ ਦੀ। ਔਰ ਜਿਵੇਂ ਹੀ ਉਹ ਹੈਕਲ ਬਣ ਜਾਏਗੀ ਠੀਕ ਹੈ, ਉਹਨੂੰ ਸੈਂਟੀਫਾਈ ਕਰਨ ਦੇ ਲਈ ਯਾਨੀ ਉਹਨੂੰ ਕੀ ਕਹਿੰਦੇ ਨੇ ਇੱਕ ਉਹਨਾਂ ਦੀ ਤਕਦੀਸ ਉਹਦੀ ਕਰਨ ਦੇ ਲਈ ਹੈ ਨਾ, ਇਹ ਸੈਟਿੰਗ ਕਰਨ ਦੇ ਲਈ ਉਹਨਾਂ ਨੇ ਲਾਵੀ ਲੇਵੀਜ਼ ਵੀ ਚੁਣ ਲਏ ਨੇ, ਸਾਰਾ ਕੁਛ ਹੈ ਉਹਨਾਂ ਕੋਲ, ਇੱਕ ਪ੍ਰੋਜੈਕਟ ਹੈ ਉਹਨਾਂ ਕੋਲ ਜਿਹਦੇ ਤਾਂ ਹੀ ਉਹਨਾਂ ਨੇ ਆਪਣਾ ਇਹ ਕੰਮ ਸ਼ੁਰੂ ਕੀਤਾ। ਅਤੇ ਉਹ ਫਿਰ ਉਹਨੂੰ ਜਿਹੜੇ ਜਿਊਜ਼ ਲੇਵੀਜ਼ ਨੇ ਜਾਂ ਰੱਬੀ ਨੇ ਉਹ ਕਹਿੰਦੇ ਨੇ ਜੀ ਕਿ ਇਹ ਤਕਰੀਬਨ ਸਾਨੂੰ ਕਰਦਿਆਂ ਖੁੜਦਿਆਂ 3-3.5 ਸਾਲ ਯਾਨੀ 42 ਮਹੀਨੇ ਲੱਗ ਜਾਣਗੇ, ਔਰ ਜੂੰ ਹੀ ਉਹ ਪ੍ਰੋਸੈਸ ਹੋਏਗਾ ਜਿਸ ਤਰ੍ਹਾਂ ਅਸੀਂ ਪਿੱਛੇ ਡੈਨੀਅਲ ਦਾ ਦੱਸਿਆ ਨਾ ਕਿ ਚਰ ਚੁੱਕਿਆ ਜਾਏਗਾ, ਅਤੇ ਇਹ ਜਿਹੜਾ ਐਂਟੀ ਕ੍ਰਾਈਸਟ ਨੂੰ ਸਿਰਫ ਤਕਰੀਬਨ 7 ਸਾਲ ਦਾ ਮੌਕਾ ਦਿੱਤਾ ਜਾਏਗਾ, ਔਰ ਪਹਿਲੇ 3.5 ਸਾਲ ਤਾਂ ਇਸੇ ਖਾਤੇ 'ਚ ਨਿਕਲ ਜਾਣਗੇ, ਹੈਕਲ ਬਣੀ ਉਹਨੂੰ ਨਾ ਪਵਿੱਤਰ ਕਰਨਾ ਜਾਂ ਜਿਸ ਤਰ੍ਹਾਂ ਤੁਹਾਨੂੰ ਪਤਾ ਉਹਨਾਂ ਦੀ ਰਸਮ ਹੈ ਲਾਅ ਦੇ ਮੁਤਾਬਿਕ ਸ਼ਰੀਅਤ ਦੇ ਮੁਤਾਬਿਕ। ਔਰ ਫਿਰ ਉਹਦੇ ਬਾਅਦ ਉਹ ਜਿਉਂ ਹੀ ਉਹ ਤਿਆਰ ਹੋਣਗੇ ਅਤੇ ਉਹਨਾਂ ਦਾ ਤਾਂ ਦਿਲ ਹੈ ਹੁਣ ਵੀ ਕਿ ਕੁਰਬਾਨੀ ਕਰੀਏ, ਜਿਹੜੀ ਉਹ ਕਰ ਨਹੀਂ ਸਕਦੇ, ਹੈਕਲ ਹੀ 'ਚ ਕੁਰਬਾਨੀ ਹੋਣੀ। ਅਤੇ ਪਹਿਲੀ ਚੀਜ਼ ਉਹ ਜਦੋਂ ਤਕਰੀਬਨ 3.5 ਸਾਲ ਦੇ ਵਿੱਚ ਉਹ ਹੈਕਲ ਤਿਆਰ ਹੋ ਜਾਣੀ ਹੈ ਅਤੇ ਪਤਾ ਕੀ ਹੋਣਾ, ਪਹਿਲਾ ਕੰਮ ਇਹਨਾਂ ਕੁਰਬਾਨੀ ਕਰਨੀ ਹੈ। ਕੁਰਬਾਨੀ ਕਰਦਿਆਂ ਹੀ ਹੈੱਡ ਆਫਿਸ ਤੋਂ ਯਹੋਵਾ ਪਾਕ ਖੁਦਾ ਤੋਂ ਇੱਕ ਇਜਾਜ਼ਤ ਦਿੱਤੀ ਜਾਏਗੀ ਯਸੂ ਦੇ ਵਿਰੋਧੀ ਨੂੰ, ਅਤੇ ਉਹ ਕੀ ਕਰੇਗਾ, ਉਹ ਜਿਹੜੀ 7 ਸਾਲ ਦੀ ਪੀਸ ਟ੍ਰੀਟੀ ਜਾਂ ਉਹਨੂੰ ਮੁਆਹਦਾ ਅਮਨ ਦਾ ਉਹਨੂੰ ਉੱਥੇ ਤੋੜੇਗਾ, ਆਪਣਾ ਹੈੱਡਕੁਆਟਰ ਚੁੱਕੇਗਾ ਅਤੇ ਜਾ ਕੇ ਅਤੇ ਇਸੇ ਹੈਕਲ ਵਿੱਚ ਆ ਜਾਏਗਾ। ਉੱਥੇ ਜਾ ਉਹਨੇ ਉਹਨਾਂ ਦੇ ਚੰਦ ਦਾ ਕੈਲੰਡਰ ਨੂੰ ਵੀ ਛੱਡੋ, ਉਹਨੇ ਆਪਣਾ ਹੀ ਇੱਕ ਰਿਲੀਜਨ ਅਤੇ ਆਪਣਾ ਹੀ ਸਿਸਟਮ ਕਰਕੇ ਉੱਥੇ ਕਰ ਦੇਣਗੇ, ਜਿਹਦੇ ਲਈ ਡੈਨੀਅਲ ਨੇ ਵੀ ਇਹ ਜਿਹੜੇ ਹਵਾਲੇ ਦੱਸੇ ਨਾ 9 ਚੈਪਟਰ ਦੇ, ਕਿ ਜਦੋਂ ਉਸ ਅਨਹੋਲੀ ਚੀਜ਼ ਨੂੰ ਮਕਰੂਹ ਚੀਜ਼ ਨੂੰ ਤੁਸੀਂ ਪਾਕ ਮਕਾਮ ਯਾਨੀ ਸੋਲੋਮਨ ਟੈਂਪਲ 'ਤੇ ਖੜ੍ਹੇ ਹੁੰਦੇ ਆ ਵੇਖੋ, ਅਤੇ ਉਹ ਫਿਰ ਉਹ ਜਿਹੜਾ ਉੱਥੇ ਇੱਕ ਬਹੁਤ ਵੱਡਾ ਵਾਕਿਆ ਹੋਏਗਾ, ਔਰ ਇਸਰਾਇਲੀਆਂ ਵਿੱਚੋਂ ਕੋਈ ਉਹਨੂੰ ਮਾਰੇਗਾ, ਔਰ ਉਹ ਫਿਰ ਇੱਕ ਨਕਲ ਕਰੇਗਾ, ਉਹਨੂੰ ਸੱਟ ਲੱਗੇਗੀ, ਲੇਕਿਨ 3 ਦਿਨਾਂ ਬਾਅਦ ਉਹ ਫਿਰ ਉਹ ਇੱਕ ਕੀ ਉਹਨੂੰ ਕਹਿ ਲਓ ਨਕਲ ਕਰ ਦੇਗਾ, ਇੰਡੀ ਕੀ ਕਰ ਦੇਗਾ ਉਹਨੂੰ, ਇੱਕ ਕਿਸਮ ਦਾ ਦੱਸੇਗਾ ਵੀ ਜੇ ਯਸੂ ਸੀ ਮੈਂ ਵੀ ਜੀ ਉੱਠਿਆ। ਐਨੀਵੇ ਔਰ ਫਿਰ ਕੀ ਹੋਏਗਾ ਕਿ ਉਹ ਯਹੂ ਫਿਰ ਉੱਥੇ ਜਦੋਂ ਉਹਨੂੰ ਕੁਝ ਹੋਏਗਾ, ਇਹ ਰੈਵਲੇਸ਼ਨ 11 ਦੇ ਵਿੱਚ ਪੂਰਾ ਵਾਕਿਆ ਜੇ। ਹੁਣ ਜਦੋਂ ਇਹਦੇ ਵਿੱਚ ਹੋਏਗਾ ਕਿ ਉਹ ਇਹ ਵੇ ਕੇ ਇਸਰਾਇਲੀ ਆਰਮਾਗੱਡਨ ਦੇ ਵਿੱਚ ਕੌਮਾਂ ਆਣਗੀਆਂ, ਜ਼ਬੂਰ 83 ਵਾਲੀਆਂ, ਉਹ ਜ਼ਕਰੀਆ 14 ਦੇ ਵਿੱਚ ਵੀ ਉਹ ਔਰਤਾਂ ਨੂੰ ਬੇਇੱਜ਼ਤ ਕਰਨਗੇ, ਅੱਧਾ ਸ਼ਹਿਰ ਲੈ ਲਿੱਤਾ ਜਾਏਗਾ, ਇਸਰਾਇਲੀ ਕੌਮ ਨੂੰ ਮੁਕਦੀ ਗੱਲ ਇਹ ਵੇ ਕਿ ਉਹ ਉੱਥੋਂ ਕੱਢ ਦੇਗਾ, ਔਰ ਉਹ ਫਿਰ ਅੱਗੇ ਅਸੀਂ ਸਟੱਡੀ ਕੀਤੀ ਹੈ ਗੁਫਿਆਂ 'ਚ ਚਲੇ ਜਾਣਗੇ ਜਿਹੜੇ ਬਚ ਜਾਣਗੇ, ਠੀਕ ਹੈ, ਬਕਾਇਆ ਬਕੀਆ। ਸੋ ਇਹ ਫਿਰ ਇਹ ਹੋਏਗਾ ਕਿ ਇਹ ਜਦੋਂ ਹਾਲਾਤ ਹੋ ਜਾਣਗੇ ਇਸਰਾਇਲ ਦੇ, ਫਿਰ ਗੈਰ ਕੌਮਾਂ ਕੋਲੋਂ ਉਹ ਮੁਲਕ ਆ ਜਾਏਗਾ ਜੋ ਵੀ ਉੱਥੇ ਵਾਕਿਆਤ ਲਿਖੇ ਨੇ, ਅਤੇ ਫਿਰ ਇਸ ਵੇਲੇ ਪ੍ਰਭੂ ਯਸੂ ਮਸੀਹ ਪੁਰਾਣੇ ਨਵੇਂ ਨੇਮ ਦੇ ਵਿਸ਼ਵਾਸੀ ਜਾਂ ਜਿਹਨੂੰ ਦੁਲਨ ਕਿਹਾ ਗਿਆ, ਚਰਚ ਕਿਹਾ ਗਿਆ, ਅਤੇ ਪਵਿੱਤਰ ਦੂਤ ਜਿਹੜੇ ਨੇ ਉਹ ਜੈਤੂਨ ਦੇ ਮਾਊਂਟ ਆਫ ਓਲੀਵਜ਼ ਉਹਦੇ 'ਤੇ ਆਣਗੇ, ਉੱਥੇ ਬਹੁਤ ਵੱਡਾ ਜ਼ਲਜ਼ਲਾ ਆਏਗਾ, ਔਰ ਉਹਦੇ ਬਾਅਦ ਸਰ ਇਹ ਇੰਝ ਕੰਮ ਹੋਏਗਾ ਕਿ ਪਹਿਲਾ ਕੰਮ ਆਉਂਦਿਆਂ ਹੀ ਪ੍ਰਭੂ ਯਸੂ ਨੇ ਆਰਮਾਗੱਡਨ ਦੇ ਵਿੱਚ ਹੀ ਐਂਟਰ ਹੋ ਜਾਣਾ, ਔਰ ਉਹ ਕੌਮਾਂ ਜਿਹੜੀਆਂ ਨੇ
ਜਿਹਦਾ ਜ਼ਿਕਰ ਹਿਸਕੀਏਲ 38 39 ਚੈਪਟਰਸ ਵਿੱਚ ਅਤੇ ਸਾਮ 83 ਦੇ ਵਿੱਚ ਉਹਨਾਂ ਨੂੰ ਖਤਮ ਕਰੇਗਾ। ਠੀਕ ਹੈ, ਲੇਕਿਨ ਫਿਰ ਵੀ ਆਹ ਵਿਸ਼ਵਾਸੀ ਜਿਹੜੇ ਨੇ ਉਹ ਰਹਿਣਗੇ, ਔਰ ਉਹਦੇ ਬਾਅਦ ਖੁਦਾਵੰਦ ਯਿਸੂ ਮਸੀਹ 1000 ਸਾਲਾਂ ਬਾਦਸ਼ਾਹੀ ਸ਼ੁਰੂ ਉੱਥੋਂ ਕਰੇਗਾ, ਅਤੇ ਜਿੰਝ ਅਸੀਂ ਦੇਖਿਆ ਸੀ ਕਿ ਹੈਕਲ ਫਿਰ ਬਣਾ ਦੇਗਾ। ਸੋ ਇਹ ਸਾਰੇ ਨਿਜ਼ਾਮ ਜਿਹੜੇ ਨੇ, ਅੱਛਾ ਜਦੋਂ ਆਰਮਾਗਡਨ ਦੇ ਵਿੱਚ ਆਪਣੀ ਉਹਨਾਂ ਨੂੰ ਯਿਸੂ ਦੇ ਵਿਰੋਧੀ ਜਿਹੜਾ ਹੈ ਉਹਨੂੰ ਅਤੇ ਕੀ ਕਹਿ ਲਓ ਉਹਨੂੰ ਝੂਠੇ ਨਬੀ ਨੂੰ ਉਹ ਅੱਗ ਦੀ ਝੀਲ ਹੀ ਸੁੱਟ ਦਿੱਤੇ ਜਾਣਗੇ, ਅਤੇ ਪਤਾ ਫਿਰ ਜਦੋਂ ਯਿਸੂ ਆਣ ਕੇ ਅਤੇ ਫਿਰ ਇਹਨਾਂ ਜਿਊਜ਼ ਕੌਮ ਨੂੰ ਇਕੱਠਾ ਕਰੇਗਾ ਅਤੇ ਲਿਆਏਗਾ ਫਿਰ ਯਰੂਸ਼ਲਮ ਵਿੱਚ। ਔਰ ਉਦੋਂ ਇੱਕ ਪ੍ਰੋਫਸੀ ਹੈਗੀ ਹੈ ਜ਼ਕਰਾਇਆ 12:10 13:1, ਉਹ ਇੱਕ ਐਸੀ ਪ੍ਰੋਫਸੀ ਹੈ, ਐਸੀ ਭਵਿੱਖਬਾਣੀ 'ਚ ਉਹਨਾਂ ਉੱਤੇ ਇਹ, ਹਾਂ ਇਹ ਪੜ੍ਹ ਦਿਓ, ਉਹਨਾਂ ਉੱਤੇ ਨਾ ਇਹ ਇੱਕ ਅਨੋਇੰਟਿੰਗ ਜਾਂ ਅਭਿਸ਼ੇਕ ਉਤਰੇਗਾ ਉਸ ਕੌਮ ਉੱਤੇ, ਔਰ ਫਿਰ ਉਹ ਜਾਣਨਗੇ ਉਹ ਹੋ ਇਹ ਜਿਹਨੂੰ ਤਾਂ ਅਸੀਂ ਮੰਨਦੇ ਨਹੀਂ ਰਹੇ, ਜਿੰਨੇ ਆਣ ਸੂਲੀ ਉੱਤੇ ਜਾਨ ਦਿੱਤੀ ਹੈ ਉਹ ਅਸਲੀ ਤਾਂ ਇਹ ਹੀ ਹੈ ਪ੍ਰਭੂ ਯਿਸੂ ਮਸੀਹ। ਇਹ ਪੜ੍ਹ ਦਿਓ, ਇਹਦੇ ਨਾਲ ਉਹਨਾਂ ਨੂੰ ਸਾਰਿਆਂ ਨੂੰ ਸਮਝ ਲੱਗ ਜਾਣੀ, ਫਿਰ ਉਹਨਾਂ ਨੇ ਪ੍ਰਭੂ ਯਿਸੂ ਨੂੰ ਮਸਾਇਆ ਦੇ ਤੌਰ 'ਤੇ ਕਬੂਲ ਕਰਨਾ ਆਇਆ। ਇਹ ਪੜ੍ਹ ਦਿਓ, ਇਹ ਕੰਮ ਉਦੋਂ ਹੋਣਾ ਜੇ ਜਦੋਂ ਉਹ ਕੱਢ ਦਿੱਤੇ ਜਾਣਗੇ ਦੁਬਾਰਾ, ਔਰ ਜਦੋਂ ਯਿਸੂ ਫਿਰ ਲਿਆਏਗਾ ਯਰੂਸ਼ਲਮ ਵਿੱਚ 1000 ਸਾਲਾਂ ਬਾਦਸ਼ਾਹੀ ਸ਼ੁਰੂ ਕਰਨਗੇ ਆਪਣੇ ਤਖਤ ਉੱਤੇ ਬੈਠ, ਉਦੋਂ ਇਹ ਫਿਰ ਰੋਣਗੇ ਆਖਣਗੇ ਉਹ ਅਸੀਂ ਤਾਂ ਭੁੱਲੇ ਹੀ ਬੈਠੇ ਹਾਂ। ਜੀ ਇਹ ਪੜ੍ਹ ਸਕਦੇ ਜੀ ਆਪਣੇ ਜ਼ਕਰਿਆ 12:10 ਜੀ ਜੀ ਇਹਦੇ ਲਿਖਿਆ ਹੈ ਵਿੰਨੇ ਵਿੰਨੇ ਲਈ ਸੋਗ ਕਰਨਾ, ਮੈਂ ਦਾਊਦ ਦੇ ਘਰਾਣੇ ਉੱਤੇ ਅਤੇ ਯਰੂਸ਼ਲਮ ਦੇ ਵਾਸੀਆਂ ਉੱਤੇ ਕਿਰਪਾ ਅਤੇ ਬੇਨਤੀ ਦਾ ਆਤਮਾ ਵਹਾਵਾਂਗਾ। ਕਿਰਪਾ ਅਤੇ ਬੇਨਤੀ ਦੇ ਆਤਮਾ ਦੇ ਅਭਿਸ਼ੇਕ ਜਾਂ ਅਨਾਇੰਟਿੰਗ ਜਾਂ ਮਸਾ ਜਦੋਂ ਇਹਨਾਂ ਉੱਤੇ ਉਤਰੇਗਾ, ਫਿਰ ਇਹਨਾਂ ਦੀਆਂ ਪਿੱਛੇ ਤੱਕ ਜਿਹੜੇ ਸਾਡੇ ਵੱਡ ਵਡੇਰਿਆਂ ਨੇ ਕੀ ਕੀਤਾ ਉਹ ਇਹਨਾਂ ਅੱਗੇ ਖੁੱਲ੍ਹ ਜਾਏਗਾ ਸੀ। ਵਹਾਵਾਂਗਾ ਅਤੇ ਉਹ ਮੇਰੀ ਵੱਲ ਜਿਸ ਨੂੰ ਉਹਨਾਂ ਨੇ ਵਿੰਨਿਆ ਸੀ ਤੱਕਣਗੇ ਅਤੇ ਉਸਦੇ ਲਈ ਸੋ ਕਰਨਗੇ ਜਿਵੇਂ ਕੋਈ ਆਪਣੇ ਇਕਲੌਤੇ ਲਈ ਸੋ ਕਰਦਾ ਹੋਵੇ, ਅਤੇ ਉਹ ਉਸਦੇ ਲਈ ਵਿਕਲਣਗੇ ਜਿਵੇਂ ਕੋਈ ਆਪਣੇ ਪਲੌਠੇ ਲਈ ਵਿਕਦਾ ਹੋਵੇ। ਡਾਡਾ ਮਾਰ ਮਾਰ ਕੇ ਉਹ ਹਾਂਜੀ ਇਹ ਯਿਸੂ ਮਸੀਹ ਨੂੰ ਫਿਰ ਮਸਾਇਆ ਦੇ ਤੌਰ 'ਤੇ 13:1 ਵੀ ਹੈਗੀ ਹੈ ਜੀ। ਉਸ ਦਿਨ ਇੱਕ ਸੁੰਬ ਦਾਊਦ ਦੇ ਘਰਾਣੇ ਅਤੇ ਯਰੂਸ਼ਲਮ ਦੇ ਵਾਸੀਆਂ ਲਈ ਪਾਪ ਦੇ ਕਾਰਨ ਅਤੇ ਅਸ਼ੁੱਧਤਾਈ ਦੇ ਕਾਰਨ ਖੋਲ੍ਹੀਆਂ ਜਾਣਗੀਆਂ। ਇੱਥੇ ਜਦੋਂ ਉਹਨੂੰ ਇਕਰਾਰ ਕਰਨਗੇ ਉਦੋਂ ਉਹ ਬਖਸ਼ੇ ਜਾਣਗੇ। ਠੀਕ ਹੈ ਹਾਂਜੀ, ਕਈ ਤਾਂ ਮਰ ਜਾਣਗੇ ਨਾ, ਅਤੇ ਜਿਹੜਾ ਬਕਾਇਆ ਯਾਨੀ ਜਿਹੜਾ ਪਿੱਛੇ ਰਹਿ ਜਾਣਗੇ ਉਹਨਾਂ ਦੀ। ਅੱਛਾ ਇਹ ਹੈ ਤਾਂ ਇਹਨੂੰ ਇਹ ਜਿਹੜਾ ਕੁਫਾਰਾ ਅਟੋਨਮੈਂਟ ਦੀ ਈਦ ਜਿਹੜੀ ਹੈ ਨਾ, ਲਫ਼ਜ਼ ਫੀਸਟ ਯੂਜ਼ ਹੋਇਆ, ਇਹ ਬੇਸਿਕਲੀ ਇਹ ਫੀਸਟ ਨਹੀਂ ਇਹ ਫਾਸਟ ਹੋਣਾ, ਫਾਸਟ ਦਾ ਯਾਨੀ ਕਿ ਇਹ ਕੋਈ ਜ਼ਿਆਫਤ ਦਾ ਦਿਨ ਨਹੀਂ ਗਾ, ਫੀਸਟ ਦਾ ਨਹੀਂ, ਬਲਕਿ ਇਹ ਫਾਸਟ ਯਾਨੀ ਰੋਜ਼ੇ ਦਾ ਵਕਤ ਹੋਣਾ ਉਹਨਾਂ ਨੇ। ਸਹੀ ਗੱਲ ਹੈ, ਫੀਸਟ ਫਾਸਟ ਐਕਚੁਲੀ ਹੈ ਫਾਸਟ ਹੀ ਹੋਣਾ ਹੈ ਨਾ। ਅੱਛਾ ਹੁਣ ਛੇਤੀ ਛੇਤੀ ਵੇਖ ਲਈਏ ਇਸ ਅਟੋਨਮੈਂਟ ਦੇ ਦਿਨ ਦੇ ਲਈ ਕੁਝ 10 ਹੁਕਮ ਨੇ ਜਿਹੜੇ ਖੁਦਾਵੰਦ ਨੇ ਦਿੱਤੇ ਨੇ, ਜਲਦੀ ਜਲਦੀ ਵੇਖ ਲਈਏ। ਨੰਬਰ 1 7ਵੇਂ ਮਹੀਨੇ ਦੀ 10ਵੀਂ ਦਿਨ ਨੂੰ ਉਹ ਕਹਿ ਰਿਹਾ ਅਲੱਗ ਕਰ। ਹਾਂਜੀ ਕਿਹੜਾ ਜੀ? 7ਵੇਂ ਮਹੀਨੇ ਦੀ 10ਵੇਂ ਦਿਨ ਨੂੰ ਅਲੱਗ ਕਰ ਲਓ, ਪਹਿਲਾ ਹੁਕਮ ਇਹ ਜਿਹੜਾ ਆਪਾਂ ਪੜ੍ਹੀ ਲਿਆ ਲੇਵੀਆਂ ਉਹਦੀ 23 ਚੈਪਟਰ ਹੈ, ਯਾਨੀ ਐਬਾਰ 23 ਦੀ ਅੱਗੋਂ 26-35 ਜਾਂ 32 ਤੱਕ। ਠੀਕ ਹੈ, ਯਾਨੀ ਕਿ ਜਿਹੜਾ ਯਾਨੀ ਇਹ ਤਿਸ਼ਰੀ ਬਣਦਾ ਹੈ, ਤਿਸ਼ਰੀ TISRI, ਤਿਸ਼ਰੀ ਜਿਹੜਾ ਸਾਡਾ ਅਕਤੂਬਰ ਦਾ ਮਹੀਨਾ ਕਹਿੰਦਾ ਹੈ, ਇਹ ਤੁਹਾਡੇ ਲਈ ਵੱਡਾ ਜਾਂ ਗ੍ਰੇਟ ਡੇ ਹੋਵੇ। ਠੀਕ ਹੈ, ਇਹ ਕਿੱਥੇ ਲਿਖਿਆ?
ये लेवियां 23 या अबार गिनती उदी 27 आयत ए हुक्म है ठीक है। तो दूजा ये वे के हुक्म ये वे दूजा है जी जी पढ़ दो हाँ जी पढ़ दो ये हुक्म है इस ईद के लिए 10 हुक्म दे देते ने इन्हां विच जी हाँ जी 23 27 विच इस तरह कहा जी इस लई 7वें महीने की 10वीं मिति नूं एक प्रायश्चित दा दिन होवे ਉਹ ਤੁਹਾਡੇ ਲਈ ਇੱਕ ਪਵਿੱਤਰ ਮੇਲਾ ਹੋਵੇ ਅਤੇ ਤੁਸੀਂ ਆਪਣੀਆਂ ਪ੍ਰਾਣਾਂ ਨੂੰ ਕਸ਼ਟ ਦੇਣਾ ਅਤੇ ਯਹੋਵਾ ਦੇ ਅੱਗੇ ਇੱਕ ਅੱਗ ਦੀ ਭੇਟ ਚੜਾਉਣਾ ਜੀ। ਸੋ ਪਹਿਲੀ ਚੀਜ਼ ਕਿ ਇਹ ਇਸ ਦਿਨ ਨੂੰ ਅਲੱਗ ਕਰ ਲਓ ਹਾਂਜੀ ਹੈ ਅਤੇ ਇਹ ਵੱਡਾ ਦਿਨ ਹੋਵੇ। ਦੂਜਾ ਇਸੇ ਆਇਤ ਦੇ ਵਿੱਚ ਅਸੀਂ ਇੱਕ ਚੀਜ਼ ਹੋਰ ਦੇਖ ਲਈਏ ਦੂਜਾ ਪੁਆਇੰਟ ਕਿ ਇਸ ਦਿਨ ਨੂੰ ਇੱਕ ਪਵਿੱਤਰ ਯਾਨੀ ਮੁਕੱਦਸ ਅਸੈਂਬਲੀ ਹੋਣੀ ਚਾਹੀਦੀ ਹੈ ਇਕੱਠ ਕਰਨਾ ਇਹਦੀ ਵੀ ਆਇਤ ਇਹੀ ਹੈ ਦੂਸਰੇ ਪੁਆਇੰਟ ਦੀ ਇਹਦੇ ਵਿੱਚੋਂ ਹੀ ਲਿਆ। ਹੁਣ ਤੀਸਰਾ ਹੁਕਮ ਇਹ ਸੀ ਕਿ ਤੁਸੀਂ ਆਪਣੀ ਜਾਨਾਂ ਨੂੰ ਦੁੱਖ ਦੇਣਾ ਯਾਨੀ ਰੋਜ਼ਾ ਰੱਖਣਾ ਵਰਤ ਰੱਖਣਾ ਇਹਦਾ ਵੀ ਲਿਖ ਲਓ ਲੇਵੀਆਂ ਐਬਾਰ ਲਿਵਟਿਕਸ 23 ਦੀ 27 ਅਤੇ 32 ਆਇਤ ਠੀਕ ਹੈ ਠੀਕ ਅਤੇ 32 ਆਇਤ। ਚੌਥਾ ਹੁਕਮ ਇਹ ਸੀ ਕਿ ਤੁਸੀਂ ਯਹੋਵਾ ਦੇ ਲਈ ਆਦਸੀਨ ਕੁਰਬਾਨੀ ਯਾਨੀ ਅੱਗ ਦੀ ਕੁਰਬਾਨੀ ਚੜ੍ਹਾਉਣੀ ਹੈ ਅੱਗ ਦੀ ਆਦਸੀਨ ਇੱਥੇ ਦੇਖ ਲਓ ਚਲੋ ਇਹ ਪੜ੍ਹ ਦਿਓ ਹੈ ਲੇਵੀਆਂ 23 ਦੀ 24 ਲੇਵੀਆਂ 23 ਦੀ 27 ਸੋਰੀ ਹਾਂ ਆਪਾਂ ਜਿਹੜਾ ਪੜ੍ਹਿਆ ਹਾਂਜੀ ਲਿਖਿਆ ਨਾ ਕੀ ਲਿਖਿਆ ਅਤੇ ਆਦਸੀਨ ਅੱਗ ਦੀ 10ਵੀਂ ਮਿਤੀ ਨੇ ਇੱਕ ਪ੍ਰਾਸ਼ਚਿਤ ਦਾ ਦਿਨ ਹੋਵੇ ਉਸ ਉਹ ਤੁਹਾਡੇ ਲਈ ਇੱਕ ਪਵਿੱਤਰ ਮੇਲਾ ਹੋਵੇ ਅਤੇ ਤੁਸੀਂ ਆਪਣੇ ਪ੍ਰਾਣਾਂ ਨੂੰ ਕਸ਼ਟ ਦੇਣਾ ਅਤੇ ਯਹੋਵਾ ਦੇ ਅੱਗੇ ਇੱਕ ਅੱਗ ਦੀ ਭੇਟ ਚੜਾਉਣਾ ਅੱਗ ਦੀ ਭੇਟ ਠੀਕ ਹੈ। ਅੱਛਾ ਪੰਜਵਾਂ ਹੈ ਕਿ ਇਸ ਦਿਨ ਨੂੰ ਕੋਈ ਕੰਮ ਨਹੀਂ ਕਰਨਾ ਸਵਾਏ ਪ੍ਰੀਸਟ ਜਾਂ ਕਾਹਨਾਂ ਦੇ ਪ੍ਰੋਹਤ ਜਾਂ ਜਾਜਕਾਂ ਦੇ ਉਹਨਾਂ ਨੇ ਤਾਂ ਫਿਰ ਕੁਰਬਾਨੀ ਕਰਨੀ ਹੈ ਨਾ ਹਾਂ ਉਹਨਾਂ ਤੋਂ ਇਲਾਵਾ ਇਹ ਕਰ ਲਓ ਕਿਉਂਕਿ ਲੇਵੀਆਂ ਲਿਵਟਿਕਸ ਐਬਾਰ ਦੇ ਵਿੱਚ 23 ਦੀ 28 ਅਤੇ 31 ਇਹ ਵੀ ਪੜ੍ਹਦੇ ਹਾਂਜੀ ਕਿੰਨਾ ਸੋਰੀ 23 ਚੱਲ ਰਿਹਾ ਨਾ ਇਹਦੇ ਵਿੱਚ 10 ਹੁਕਮ ਨੇ ਅਤੇ ਉਹ 28 ਅਤੇ 31 ਆਇਤ ਯਾਨੀ ਕਿ ਇਹਦਾ ਦੱਸਿਆ ਕਿ ਤੁਸੀਂ ਇਸ ਦਿਨ ਦੇ ਵਿੱਚ ਕੋਈ ਕੰਮ ਨਹੀਂ ਕਰਨਾ ਸਵਾਏ ਪ੍ਰੀਸਟ ਦੇ ਹੈ ਨਾ ਅਗਰ ਉਹਨਾਂ ਵੀ ਕੰਮ ਨਹੀਂ ਕਰਨਾ ਕੁਰਬਾਨੀਆਂ ਕੌਣ ਚੜ੍ਹਾਏਗਾ ਜੀ ਹਾਂਜੀ 23 ਦੀ ਲੇਵੀਆਂ 23 ਦੀ 28 ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ ਅਤੇ ਤੁਸੀਂ ਉਸ ਦਿਨ ਵਿੱਚ ਕੋਈ ਕੰਮ ਨਾ ਕਰਨਾ ਕਿਉਂ ਜੋ ਯਹੋਵਾ ਆਪਣੇ ਪਰਮੇਸ਼ੁਰ ਦੇ ਅੱਗੇ ਤੁਹਾਡੇ ਲਈ ਪ੍ਰਾਸ਼ਚਿਤ ਕਰਨ ਨੂੰ ਇਹ ਪ੍ਰਾਸ਼ਚਿਤ ਦਿਨ ਹੈ। ਅਤੇ ਫਿਰ ਨੰਬਰ 6 ਇਹਨਾਂ ਆਇਤਾਂ 'ਚ ਅਸੀਂ ਇਹ ਦੇਖ ਰਹੇ ਹਾਂ ਭਈ ਇੱਕ ਵਾਰਨਿੰਗ ਦਿੱਤੀ ਗਈ ਹੈ ਕਿ ਵੀ ਜਿਹੜਾ ਇਸ ਦਿਨ ਇਹ ਪਰਥ ਜਾਂ ਦੁੱਖ ਮਤਲਬ ਇਹ ਕੰਮ ਨਾ ਕਰੇ ਅਤੇ ਉਹ ਕੌਮ 'ਚੋਂ ਕੱਟ ਦਿੱਤਾ ਜਾਏ ਹੈ ਨਾ ਇਹ 29 ਆਇਤ 'ਚ ਲੇਵੀਆਂ ਲਿਵਟਿਕਸ ਐਬਾਰ 23 ਦੀ 29 ਠੀਕ ਹੈ ਅਤੇ ਠੀਕ ਹੈ 7ਵਾਂ ਪੁਆਇੰਟ 6 ਹਾਂ ਲੇਵੀਆਂ 23 ਦੀ 29 ਠੀਕ ਹੈ ਫਿਰ 7ਵਾਂ ਪੁਆਇੰਟ ਹੈ ਕਿ ਜਦੋਂ ਅਤੇ ਜੇ ਕੋਈ ਕੰਮ ਕਰੇਗਾ ਤਾਂ ਖੁਦਾ ਉਹਨੂੰ ਡਿਸਟਰੋਏ ਕਰ ਦੇਗਾ ਤਬਾਹ ਕਰ ਦੇਗਾ 30 ਆਇਤ ਦੇ ਵਿੱਚ ਹੈ ਨਾ ਠੀਕ ਹੈ ਅਤੇ 8ਵਾਂ ਹੁਕਮ ਇਹ ਸੀ ਕਿ ਤੁਹਾਡੇ ਅਤੇ ਤੁਹਾਡੀ ਨਸਲਾਂ ਦੇ ਲਈ ਇਹ ਸਦਾ ਦਾ ਇੱਕ ਆਇਨ ਰਹੇਗਾ ਸਦਾ ਆਇਨ ਰਹੇਗਾ ਮੀਨਸ ਇੱਕ ਕਾਨੂੰਨ ਰਹੇਗਾ ਐਬਾਰ 23 ਦੀ 31 ਲੇਵੀਆਂ ਲੇਵਿਟਿਕਸ 23 ਉਹਦੀ 31 ਆਇਤ ਇਹ 8ਵਾਂ ਪੁਆਇੰਟ ਪੜ੍ਹ ਦਿਓ ਇਹਨੂੰ ਖੈਰ 23 ਦੀ 31 ਲੇਵੀਆਂ 23 ਦੀ 31 ਵਿੱਚ ਤੁਸਾਂ ਕਿਸੇ ਪ੍ਰਕਾਰ ਦਾ ਕੰਮ ਨਾ ਕਰਨਾ ਅਤੇ ਇਹ ਤੁਹਾਡੇ ਸਭਨਾ ਵਸੇਵਿਆਂ ਵਿੱਚ ਤੁਹਾਡੀਆਂ ਪੀੜ੍ਹੀਆਂ ਤਿੱਕਰ ਇੱਕ ਸਦਾ ਦੀ ਵਿਧੀ ਠਹਿਰੇ ਅੱਛਾ ਫਿਰ 9ਵੀਂ ਹੁਕਮ ਇਹ ਸੀ ਖੁਦਾ ਦਾ ਕਿ ਇਹ ਦਿਨ ਤੁਹਾਡੇ ਲਈ ਆਰਾਮ ਦਾ ਸਬਤ ਹੋਵੇ ਸੈਬਤ ਹੋਵੇ ਆਰਾਮ ਦਾ
ये 32 च हैगा 23 लेवियां अबार लेविटिकस 23 दी 32 च ठीक है 23 चैप्टर ही है उहदे च ही है ठीक है 32 आए है ना हाँ जी पानी देख लो हाँ जी हाँ जी आप पढ़ते हैं जी लेवियां 23 दी 32 उस विच लिखा है ये थोड़े ये थानू एक विश्राम का सबत होए तो तुसी अपने प्राणा नू कष्ट देना तुसी उस महीने की नौवीं मिति नू उस संध्या तो अगली संध्या तोड़ी अपना विश्राम करना ठीक है सो दसवां हुक्म ए सी कि ए फीस्ट या ए ईद या त्यौहार सतवें महीने की नौवीं तारीख की शाम तो लैके दसवें दिन या दसवें तारीख की शाम तक मनाया जाए सतवें महीने की नौवीं तारीख तो दसवें महीने मतलब 24 घंटे शायद बनते हैं ठीक है ना ये सो ये एक्चुअली साढ़े लिए तो अटोनमेंट कुरबानी की ईद दा या प्रभु यीशु ने पूरी कर दिती है जड़ी यूजली नहीं है जिन पहले कीता कि उन्हें अपनी कीमती जान दे के कफारा दे देता है ना ते ना सिर्फ साढ़े लिए बल्कि पूरी दुनिया ले भी है ना ते अबरानियों 9 दी 13 ते 14 पढ़ दो जिदे एक काम ते साढ़े लिए हो गया लेकिन ये यहूदियों लिए बाद ही होएगा जदों उन्हें एज ए मसाया कबूल सो इसलिए पालूस ने इस गल नूं क्लीयर कीता है सर हाँ जी आपां पढ़दे हां जी हालेलुया इब्रानियां 9 दी जी 13-14 विच इस तरह लिखा है जी क्योंकि जे बकरियां ते विछड़ियां दा लहू अते वहड़ दे स्वाह जिहड़ी प्रिष्ठा उत्ते धूड़ी जावे शरीर नूं शुद्ध करन लई पवित्र करदी हाँ जी 14 ਤਾਂ ਕਿੰਨਾ ਹੀ ਵਧੀਕ ਮਸੀਹ ਦਾ ਲਹੂ ਜਿਸ ਨੇ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਦੋਸ਼ ਰਹਿਤ ਪਰਮੇਸ਼ੁਰ ਦੇ ਅੱਗੇ ਚੜਾਇਆ ਤੁਹਾਡੇ ਅੰਤਹਕਰਨ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰੇਗਾ ਕਿ ਤੁਸੀਂ ਜਿਉਂਦੇ ਪਰਮੇਸ਼ੁਰ ਦੀ ਉਪਾਸਨਾ ਕਰੋ ਸਾਡੇ ਲਈ ਤਾਂ ਹੋ ਗਿਆ ਜਿਨ੍ਹਾਂ ਲਈ ਨਹੀਂ ਹੈ ਇਸ ਲਈ ਇਹਨੂੰ ਅਸੀਂ ਕਹਿੰਦੇ ਹਾਂ ਕਿ ਇਹ ਫਿਊਚਰ ਵਿੱਚ ਫਿਰ ਉਹ ਪੂਰਾ ਹੋਏਗਾ ਜਿਵੇਂ ਅੱਜ ਅਸੀਂ ਹੋਲੀ ਕਮਿਊਨੀਅਨ ਲੈਂਦੇ ਹਾਂ ਪਾਕ ਭੋਜ ਲੈਂਦੇ ਹਾਂ ਯਿਸੂ ਨੇ ਤਾਂ 2000 ਸਾਲ ਪਹਿਲੇ ਆਪਣੀ ਜਾਨ ਦੇ ਦਿੱਤੀ ਲੇਕਿਨ ਯਿਸੂ ਨੇ ਕਿਹਾ ਕਿ ਭਾਈ ਇਹ ਉਨੀ ਦੇਰ ਤੱਕ ਕਰਦੇ ਰਹਿਣਾ ਹੈ ਯਾਨੀ ਮੇਰੀ ਯਾਦਗਾਰੀ 'ਚ ਕਾਹਦੀ ਯਾਦਗਾਰੀ ਕਿ ਮੈਂ ਤੁਹਾਡੇ ਅਤੇ ਕੁੱਲ ਦੁਨੀਆ ਦੇ ਪਾਪਾਂ ਲਈ ਜਾਨ ਦਿੱਤੀ ਇਹ ਯਾਦਗਾਰੀ ਇਹ ਫਿਰ ਯੂਜ਼ ਕਰਨਗੇ ਤਾਂ ਅਸੀਂ ਵੀ ਪੇਪਰ ਕਰਾਂਗੇ ਹੋਲੀ ਕਮਿਊਨੀਅਨ ਬੰਦ ਤਾਂ ਨਹੀਂ ਹੋਏ ਅਸੀਂ ਵੀ ਸ਼ੁਕਰਗੁਜ਼ਾਰੀ ਦੇ ਤੌਰ 'ਤੇ ਹੁਣ ਅਸੀਂ ਕੀ ਕਹਿ ਰਹੇ ਹਾਂ ਇਹ ਤਾਂ ਨਹੀਂ ਕਹਿ ਰਹੇ ਯਿਸੂ ਜੀ ਆਓ ਅਤੇ ਸੂਲੀ ਉੱਤੇ ਚੜ੍ਹ ਕੇ ਸਾਡੇ ਪਾਪਾਂ ਦਾ ਮਤਲਬ ਸਾਡੇ ਪਾਪਾਂ ਦਾ ਉਧਾਰ ਦਿਓ ਬਲਕਿ ਅਸੀਂ ਸ਼ੁਕਰਗੁਜ਼ਾਰੀ ਦੇ ਹੈ ਨਾ ਠੀਕ ਹੈ ਇਸ ਤਰ੍ਹਾਂ ਇਹ ਕੌਮ ਜਿਊਸ ਜਿਹੜੀ ਹੈ ਉਦੋਂ ਮੰਨੇਗੀ ਜਦੋਂ ਮਸਾਇਆ ਮੰਨੇਗੀ ਫਿਰ ਇਹਨਾਂ ਨੇ ਇਹ ਰਸਮ ਵੀ ਕਰਨੀ ਹੈ ਅਸੀਂ ਵੀ ਕਰਨੀ ਯਿਸੂ ਦੇ ਕਈ ਤੇ ਆਇੰਦਾ ਵੀ ਹੋਣਗੀਆਂ ਇਹਦੇ ਲਈ ਬੜੀ ਸਟੱਡੀ ਚਾਹੀਦੀ ਬਲਕਿ ਸਾਰਿਆਂ ਨੂੰ ਦੱਸੋ ਕਿ ਉਹ ਵੀ ਸਟੱਡੀ ਹੁਣ ਤੋਂ ਸ਼ੁਰੂ ਕਰ ਦੇ ਕੀ ਦੱਸਣਾ ਚਾਹ ਰਹੇ ਹੋ ਮੈਨੂੰ ਵੀ ਸਮਝਾ ਦਿਓ ਕਿ ਇਹ ਹੀ ਚੀਜ਼ਾਂ ਹਾਂਜੀ ਇਹ ਦੱਸੋ ਫਿਊਚਰ ਦੇ ਬਾਰੇ ਹਾਂਜੀ ਫਿਊਚਰ ਕਲੀਅਰ ਕਰੋ ਜੀ ਸਾਨੂੰ ਹਾਂਜੀ ਹਾਂਜੀ ਜਿਹੜੀਆਂ ਸੱਤ ਫੀਸਟ ਜਿਹੜੀਆਂ ਹੁਣ ਆਪਾਂ ਦੇਖੀਆਂ ਹੈਗੀਆਂ ਦੇਖ ਰਹੇ ਹੈਗੇ ਹਾਂ ਅਤੇ ਇਹ ਆਪਾਂ ਦੇਖਿਆ ਯਹੂਦੀਆਂ ਨੂੰ ਮੂਸਾ ਦੇ ਜ਼ਰੀਏ ਦੱਸੀਆਂ ਵੀ ਤੁਸੀਂ ਇਹ ਕਰਿਆ ਕਰੋ ਪਰ ਉਹਨਾਂ ਨੂੰ ਇਹ ਕਿ ਆਪਾਂ ਪੜ੍ਹਿਆ ਸੀਗਾ ਇਹ ਕਹਿੰਦੇ ਸਦਾ ਦੇ ਲਈ ਹੈਗੀਆਂ ਹਾਂਜੀ ਅਤੇ ਇਹ ਸਾਰੀਆਂ ਈਦਾਂ ਦਰਸਾਉਂਦੀਆਂ ਹੈਗੀਆਂ ਯਿਸੂ ਨੂੰ ਔਰ ਯਿਸੂ 'ਤੇ ਪੂਰੀਆਂ ਹੋ ਗਈਆਂ ਅਤੇ ਕੁਛ ਹੋਣ ਵਾਲੀਆਂ ਆ ਹਾਂਜੀ ਅਤੇ ਆ 3 ਰਹਿਣੀਆਂ ਬਾਕੀ ਪੂਰੀਆਂ ਹੋ ਗਈਆਂ ਜੀ ਅਤੇ ਜਦੋਂ ਯਿਸੂ ਨੇ ਪੂਰੀਆਂ ਕਰ ਦੇਣੀਆਂ ਤਾਂ ਫਿਰ ਆਪਾਂ ਅੱਗੇ ਦੇਖਾਂਗੇ ਵੀ ਫਿਰ ਇਹ ਈਦਾਂ ਫਿਰ ਵੀ ਮਨਾਉਂਦੇ ਰਹਿਣਾ ਆ ਅਤੇ ਹਾਂਜੀ ਤੁਹਾਡਾ ਮਤਲਬ ਇਟਰਨਿਟੀ ਨੂੰ ਕੀ ਕਹਿੰਦੇ ਸਦਾ ਦੇ ਹਾਂਜੀ ਜਿੱਦਾਂ ਹੁਣ ਪਹਿਲਾਂ
ਆਪਣੇ ਹਜਾਸ ਵਾਲਾ ਬਾਦਸ਼ਾਹ ਆਉਣੀ ਆ ਅਤੇ ਉਸ ਤੋਂ ਬਾਅਦ ਉਹਦੇ ਵਿੱਚ ਵੀ ਹੋਣਗੀਆਂ ਇਹ ਇੱਦਾਂ ਅਤੇ ਫਿਰ ਆਪਾਂ ਦੇਖਾਂਗੇ ਜਿਹੜਾ ਹੈਗਾ ਆ ਸਦਾ ਦਾ ਮਤਲਬ ਜਦੋਂ ਸਵਰਗ ਨੇ ਧਰਤੀ 'ਤੇ ਆਇਆ ਹੈ ਨਾ ਅਤੇ ਪਰਮੇਸ਼ੁਰ ਜਿਹੋਵਾ ਪਿਤਾ ਜੀ ਦੇ ਨਾਲ ਹੋਣਗੇ ਹਾਂਜੀ ਹਾਂਜੀ ਅੱਛਾ ਅਤੇ ਔਰ ਉੱਥੇ ਲਿਖਿਆ ਉਹਦੇ ਉਸ ਜਿਹੜਾ ਸਵਰਗ ਧਰਤੀ ਤੋਂ ਉਹਦੇ ਵਿੱਚ ਮੰਦਰ ਨਹੀਂ ਹੋਣਾ ਹੈਗਾ ਹਾਂਜੀ ਅਤੇ ਉਦੋਂ ਕੀ ਹੋਏਗਾ ਇੱਦਾਂ ਸਦਾ ਲਈ ਹੋ ਗਈਆਂ ਅਤੇ ਫਿਰ ਕਿੱਥੇ ਹੋ ਗਈਆਂ ਉਹ ਸਾਰੀਆਂ ਗੱਲਾਂ ਫਿਰ ਕਿੱਦਾਂ ਹੋ ਗਈਆਂ ਉਦੋਂ ਹੋ ਗਈਆਂ ਜਾਂ ਨਹੀਂ ਹੋ ਗਈਆਂ ਉਹ ਸਾਰਾ ਫਿਰ ਠੀਕ ਹੈ ਸਰ ਦੇਖਾਂਗੇ ਹਾਂਜੀ ਮਤਲਬ ਸਾਰਿਆਂ ਨੂੰ ਤੁਸੀਂ ਕਹਿ ਰਹੇ ਹੋ ਤਿਆਰੀ ਕਰੋ ਬਿਲਕੁਲ ਜੀ ਤਿਆਰੀ ਕਰੋ ਪੜ੍ਹੋ ਦੇਖੋ ਖੋਜੋ ਤੁਸੀਂ ਵੀ ਹਾਂਜੀ ਠੀਕ ਹੈ ਸਰ ਹਾਂਜੀ ਠੀਕ ਹੈ ਅਤੇ ਆਪਾਂ ਇੱਥੇ ਫਿਨਿਸ਼ ਕਰੀਏ ਜੀ ਹਾਂਜੀ ਪਰਮੇਸ਼ੁਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ ਇਸ ਵਚਨ ਦੇ ਲਈ ਜੋ ਅਸੀਂ ਆਪ ਦੇ ਵਚਨ ਦੇ ਵਿੱਚੋਂ ਪੜ੍ਹਿਆ ਸੁਣਿਆ ਸਿੱਖਿਆ ਬਾਈਬਲ ਸਟੱਡੀ ਦੇ ਲਈ ਆਪ ਦਾ ਸ਼ੁਕਰ ਕਰਦੇ ਹਾਂ ਔਰ ਆਪ ਦੀ ਜੀ ਮਰਜ਼ੀ ਪੂਰੀ ਹੋਵੇ ਪਰਮੇਸ਼ੁਰ ਪਿਤਾ ਹਰ ਸੁਣਨ ਵਾਲੇ ਦੇ ਲਈ ਆਪ ਦੀ ਬਰਕਤ ਮੰਗਦੇ ਹਾਂ ਔਰ ਇਹ ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਵਿੱਚ ਢੱਕਦੇ ਹਾਂ ਔਰ ਜੋ ਵੀ ਸੁਣੇ ਬਰਕਤ ਪਾਵੇ ਔਰ ਚੋਰ ਇਸ ਦੇ ਵਿੱਚ ਚੋਰੀ ਹੈਰਾਫੇਰੀ ਨਾ ਕਰ ਸਕੇ ਔਰ ਇਹ ਸਭ ਕੁਛ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਵਿੱਚ ਆਮੀਨ।